ਅਸੀਂ ਜੀ ਅੱਜ ਲੈਣਾ ਤੇ ਵਰਕ ਕਰਨ ਵਾਸਤੇ ਕਿਉਂਕਿ ਅੰਮੀ ਅੱਬੂ ਦਾ ਘਰ ਜਿਹੜਾ ਵਾ ਠੀਕ ਹੈ ਅਤੇ ਮੈਂ ਕਿਹਾ ਚਲੋ ਜਿਹੜਾ ਅੱਜ ਅੰਮੀ ਅੱਬੂ ਨੂੰ ਮਿਲ ਕੇ ਆਉਂਦੇ ਨੇ ਠੀਕ ਹੈ ਅਤੇ ਨਾਲ ਤੁਹਾਨੂੰ ਵੀ ਅੰਮੀ ਅੱਬੂ ਨੂੰ ਮਿਲਵਾ ਕੇ ਲਿਆਉਂਦੇ ਨੇ ਨਾਲ ਨਾਲ ਹੀ ਰਹਿਣਾ ਮੇਰੇ ਠੀਕ ਹੈ ਫਿਰ ਅੱਬੂ ਦਾ ਘਰ ਵੀ ਤੁਹਾਨੂੰ ਦਿਖਾਉਂਦੇ ਹਾਂ ਮਿਲਦੇ ਆਪਾਂ ਇਨਸ਼ਾਅੱਲਾ ਸਮੋਕੀ ਨੂੰ ਮਿਲ ਲਓ ਠੀਕ ਹੈ ਮੇਰੀ ਗਾਈਡ ਨੂੰ ਫਿਰ ਤੁਹਾਨੂੰ ਅੱਬੂ ਨੂੰ ਮਿਲਵਾ ਫਾਈਨਲੀ ਅਸੀਂ ਅੱਬੂ ਦੇ ਘਰ ਪਹੁੰਚ ਆਏ ਆ ਘਰ ਪਹੁੰਚ ਆ ਇਹ ਦੇਖ ਲਓ ਜੀ ਫੈਮਲੀ ਸਾਡੀਆਂ ਸੋਈਆਂ ਪਈਆਂ ਨੇ ਇਹ ਦੇਖ ਲਓ ਜੀ ਐਂਟਰੀ ਹੋ ਚੁੱਕੇ ਆ ਅਸੀਂ ਤੇ ਇਹ ਜੀ ਮੇਰੇ ਅੱਬੂ ਦੇ ਨਾਲ ਚਾਹ ਪੀ ਰਿਹਾ ਸੁਬਹਾ ਸੁਬਹਾ ਅਸੀਂ ਬੈਠ ਕੇ ਇਹ ਜੀ ਮੇਰੇ ਵਾਲਦ ਸਾਹਿਬ ਹੈ ਪਰ ਮੇਰੀ ਭਤੀਜੀ ਖੜੀ ਹੈ ਠੀਕ ਹੈ ਤੇ ਅਸੀਂ ਲੰਮੀ ਕੋੜਾ ਕੇ ਨਾਸ਼ਤਾ ਕਰ ਰਹੇ ਹਾਂ ਮਤਲਬ ਨਾਸ਼ਤਾ ਚਾਹੇ ਕੇਕ ਖਾ ਰਹੇ ਹਾਂ ਠੀਕ ਹੈ ਸਾਡਾ ਇਹ ਨਾਸ਼ਤਾ ਅੱਜ ਹੋ ਰਿਹਾ ਇਹ ਦੇਖ ਲਓ ਜੀ ਇਹ ਮੇਰੀ ਵਾਲਦ ਸਾਹਿਬ ਹੈ ਇਹ ਮੇਰੇ ਵਾਲਦ ਸਾਹਿਬ ਨੇ ਸਾਰੇ ਭੈਣ ਭਾਈ ਮੇਰੇ ਅੱਬੂ ਵਾਸਤੇ ਦੁਆ ਕਰਨੀ ਹੈ ਠੀਕ ਹੈ ਵਾਲਦਾਂ ਵਾਸਤੇ ਵੀ ਵਾਲਦ ਸਾਹਿਬ ਵਾਸਤੇ ਵੀ ਯਾਦ ਰੱਖਣਾ ਵਾ ਜੇ ਢੇਰ ਦੁਆਵਾਂ ਕਰਨੀਆਂ ਮੇਰੇ ਅੱਬੂ ਵਾਸਤੇ ਵੀ ਠੀਕ ਹੈ ਅਤੇ ਆ ਜਾਓ ਫਿਰ ਆਪਾਂ ਚਾਹ ਪੀਂਦੇ ਹਾਂ ਸਾਰੇ ਬੈਠ ਕੇ ਅਤੇ ਇਹ ਆਤਿਫ ਵੀ ਬੈਠਾ ਨਾਲ ਜੋੜ ਕੇ ਬੈਠਾ ਹੈ ਦੇਖ ਲਓ ਆਰਾਮਾਂ ਨਾਲ ਇਹ ਵੀ ਲੱਗਾ ਬੈਠਾ ਵਾ ਮੇਰੇ ਅੱਬੂ ਦਾ ਕਮਰਾ ਦੇਖ ਲਓ ਹਾਂ ਮੇਰੇ ਅੱਬੂ ਦਾ ਟਰੰਕ ਸ਼ਰੰਕ ਪਾਣੀ ਸ਼ਾਣੀ ਸਾਰਾ ਕੁਛ ਰੱਖਿਆ ਪਿਆ ਵਾ